किसान आंदोलन में शामिल प्रदर्शनकारी किसानों के खिलाफ बल प्रयोग को लेकर पंजाब के कैबिनेट मंत्री अमन अरोड़ा ने हरियाणा सरकार पर आरोप लगाते हुए निशाना साधा। उन्होंने कहा कि हरियाणा सरकार की ओर से पंजाब की ओर किसानों और मीडिया पर हमला दुर्भाग्यपूर्ण है। हरियाणा द्वारा की गई इस कार्यवाही पर कड़ी कार्यवाही की जानी चाहिए। ਦਿੱਲੀ ਵੱਲ ਚਾਲੇ ਪਾਉਣੇ ਪਏ ਤੇ ਫਿਰ ਉਸ ਤੋਂ ਬਾਅਦ ਪੰਜਾਬ ਔਰ ਹਰਿਆਣੇ ਦਾ ਬਾਰਡਰ ਤਾਂ ਐਂ ਬਣਾ ਦਿੱਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੋਵੇ। ਸੋ ਇਹ ਬਹੁਤ ਮੰਦਭਾਗ ਹੈ। ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ, ਔਰ ਉਸ ਤੋਂ ਵੀ ਵੱਧ ਕੇ ਜਿਹੋ ਜਿਹੀ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ ਉਹ ਕਿਸਾਨ ਭਰਾਵਾਂ ਦੇ ਉੱਪਰ, ਨਿਰਦੋਸ਼ ਲੋਕਾਂ ਦੇ ਉੱਪਰ ਵਰਤੀ ਜਾ ਰਹੀ ਹੈ। ਡਰੋਨ ਦੇ ਨਾਲ ਅਥਰੂ ਬੰਬ ਸੁੱਟੇ ਜਾ ਰਹੇ ਨੇ, ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਐਂ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ, ਜਿਹੋ ਜਿਹੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੀ ਹੈ, ਇਹਦੀ ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ। ਸਰਕਾਰ ਇਸ ਲੈਵਲ ਤੇ ਕੀ ਕਰ ਰਹੀ ਹੈ? ਸਰਕਾਰ, ਮੈਂ ਉਹੀ ਦੱਸ ਰਿਹਾ ਨਾ ਜੀ ਤੁਹਾਨੂੰ, ਸਭ ਤੋਂ ਪਹਿਲਾਂ ਸਟੈਪ ਹੁੰਦਾ ਹੈ ਡਾਇਲੋਗ ਕਿ ਗੱਲਬਾਤ ਹੋਵੇ। ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਕੇਂਦਰ ਦੇ 3 ਮੰਤਰੀ, ਉਹ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ ਬੁਲਾਏ, ਮੈਨੂੰ ਭੇਜਿਆ, ਬਲਕਿ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੈਂ ਉਹਨਾਂ ਨੂੰ ਰਿਸੀਵ ਕੀਤਾ ਤੇ ਮੀਟਿੰਗ ਉਹਨਾਂ ਦੇ ਨਾਲ ਸੀਐਮ ਸਾਹਿਬ ਨੇ ਕੀਤੀ।